ਜੈ ਪੀਰਾਂ ਦੀ ਦੋਸਤੋ, ਤੁਸੀਂ ਦੇਖ ਰਹੇ ਹੋ ਸੁਲਤਾਨ ਮਲਟੀਮੀਡੀਆ 786 ਚੈਨਲ। ਹਿੰਦੁਸਤਾਨ ਦੇ ਵਿੱਚ ਬਹੁਤ ਜ਼ਿਆਦਾ ਪੀਰ ਫਕੀਰ ਹੋਏ ਹਨ ਅਤੇ ਉਹਨਾਂ ਦੇ ਵਿੱਚੋਂ ਇੱਕ ਨਾਮ ਜਿਹੜਾ ਕਿ ਬਹੁਤ ਉੱਚਾ ਰੁਤਬਾ ਰੱਖਦਾ ਹੈ, ਜਿਨ੍ਹਾਂ ਦਾ ਨਾਮ ਪੀਰ ਹਾਜੀ ਅਲੀ ਹੈ, ਜਿਨ੍ਹਾਂ ਦੀ ਮੁੱਖ ਦਰਗਾਹ ਬੰਬੇ ਦੇ ਵਿੱਚ ਹੈ, ਜਿਹੜੀ ਕਿ ਸਮੁੰਦਰ ਦੇ ਵਿੱਚ ਸਥਿਤ ਹੈ। ਉਸ ਬਾਰੇ ਤੁਹਾਨੂੰ ਅਸੀਂ ਕੁਝ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ, ਸੋ ਹੱਥ ਜੋੜ ਕੇ ਬੇਨਤੀ, ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ। ਪੀਰ ਹਾਜੀ ਅਲੀ ਬਹੁਤ ਵੱਡੀ ਤਾਕਤ ਹੈ, ਰੱਬ ਨੇ ਬਹੁਤ ਵੱਡਾ ਇਹਨਾਂ ਨੂੰ ਵੀ ਰੁਤਬਾ ਦਿੱਤਾ ਹੈ। ਇਹਨਾਂ ਦੀ ਦਰਗਾਹ ਅਰਬ ਸਾਗਰ ਦੇ ਵਿੱਚ ਸਮੁੰਦਰ ਦੇ ਵਿੱਚੋਂ ਵਿੱਚ ਹੈ, ਜਿਹੜੀ ਕਿ ਕਦੀ ਵੀ ਡੁੱਬਦੀ ਨਹੀਂ ਹੈ। ਸਮੁੰਦਰ ਵਿੱਚ ਜਿੰਨਾ ਮਰਜ਼ੀ ਤੂਫਾਨ ਆ ਜਾਵੇ, ਪਾਣੀ ਦੀ ਇੱਕ ਬੂੰਦ ਵੀ ਇਸ ਦਰਗਾਹ ਦੇ ਅੰਦਰ ਨਹੀਂ ਜਾਂਦੀ। ਇਹ ਇੱਕ ਅੱਲਾ ਪਾਕ ਦਾ ਜਿੰਦਾ ਜਾਗਦਾ ਕ੍ਰਿਸ਼ਮਾ ਹੈ, ਜਿਹੜਾ ਅੱਜ ਵੀ ਮੌਜੂਦ ਹੈ ਅਤੇ ਤੁਸੀਂ ਜਾ ਕੇ ਦੇਖ ਸਕਦੇ ਹੋ। ਇਹਨਾਂ ਦੀ ਦਰਗਾਹ ਦੇ ਲਾਗੇ ਛਾਗੇ ਕਈ ਇਮਾਰਤਾਂ ਵੀ ਸਨ, ਜਿਹੜੀਆਂ ਬਹੁਤ ਵਾਰੀ ਤੂਫਾਨ ਦੀ ਚਪੇਟ ਵਿੱਚ ਆਈਆਂ, ਢਹਿ ਢੇਰੀ ਹੋ ਗਈਆਂ, ਪਰ ਪੀਰ ਹਾਜੀ ਅਲੀ ਦੀ ਦਰਗਾਹ ਅੱਜ ਵੀ ਆਪਣੀ ਖੂਬਸੂਰਤੀ ਬਿਖੇਰ ਰਹੀ ਹੈ। ਹਾਜੀ ਅਲੀ ਪੀਰ ਦਾ ਪੂਰਾ ਨਾਮ ਹਜ਼ਰਤ ਸੈਯਦ ਪੀਰ ਹਾਜੀ ਅਲੀ ਬੁਖਾਰੀ ਹੈ, ਜਿਹੜੇ ਕਿ ਬੁਖਾਰਾ ਦੇ ਵਿੱਚ ਇੱਕ ਬਹੁਤ ਵੱਡੇ ਵਪਾਰਕ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸਨ। ਇਹਨਾਂ ਦੇ ਪਰਿਵਾਰ ਦੇ ਵਿੱਚ ਸੂਫੀ ਵਿਚਾਰਧਾਰਾ ਦਾ ਬਹੁਤ ਜ਼ਿਆਦਾ ਬੋਲਬਾਲਾ ਸੀ। ਇਸੇ ਗੱਲ ਦਾ ਅਸਰ ਪੀਰ ਹਾਜੀ ਅਲੀ 'ਤੇ ਬਹੁਤ ਹੋਇਆ ਅਤੇ ਉਹਨਾਂ ਨੇ ਸ਼ੁਰੂ ਤੋਂ ਹੀ ਸੂਫੀ ਮਤ ਵਿੱਚ ਬਹੁਤ ਜ਼ਿਆਦਾ ਗਿਆਨ ਪ੍ਰਾਪਤ ਕਰਨਾ ਸ਼ੁਰੂ ਕੀਤਾ। ਹੌਲੀ ਹੌਲੀ ਪੀਰ ਹਾਜੀ ਅਲੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਬਹੁਤ ਜ਼ਿਆਦਾ ਕਰਾਮਾਤਾਂ ਦਿਖਾਈਆਂ। ਉਹਨਾਂ ਕਰਾਮਾਤਾਂ ਦੇ ਵਿੱਚੋਂ ਕਈ ਕਿੱਸੇ ਅੱਜ ਵੀ ਬਹੁਤ ਜ਼ਿਆਦਾ ਮਸ਼ਹੂਰ ਹਨ। ਇੱਕ ਕਹਾਣੀ ਦੇ ਅਨੁਸਾਰ 15ਵੀਂ ਸ਼ਤਾਬਦੀ ਦੇ ਵਿੱਚ ਪੀਰ ਹਾਜੀ ਅਲੀ ਆਪਣੇ ਭਰਾਵਾਂ ਦੇ ਨਾਲ ਪੂਰੇ ਦੁਨੀਆ ਨੂੰ ਦੇਖਣ ਵਾਸਤੇ ਨਿਕਲੇ। ਇਹ ਕਈ ਸਾਲ ਇਸੇ ਤਰ੍ਹਾਂ ਯਾਤਰਾ ਕਰਦੇ ਹੋਏ ਇਹ ਹਿੰਦੁਸਤਾਨ ਦੇ ਬੰਬੇ ਸ਼ਹਿਰ ਵਿੱਚ ਪਹੁੰਚੇ। ਬੰਬੇ ਵਿੱਚ ਰਹਿੰਦਿਆਂ ਇਹਨਾਂ ਨੇ ਆਪਣੇ ਭਰਾਵਾਂ ਦੇ ਨਾਲ ਇਸਲਾਮ ਧਰਮ ਦਾ ਪ੍ਰਚਾਰ ਕੀਤਾ। ਕੁਝ ਸਮੇਂ ਬਾਅਦ ਇਹਨਾਂ ਦੇ ਭਰਾ ਨੇ ਪੀਰ ਹਾਜੀ ਅਲੀ ਨੂੰ ਵਾਪਸ ਜਾਣ ਲਈ ਕਿਹਾ, ਪਰ ਉਸ ਸਮੇਂ ਪੀਰ ਹਾਜੀ ਅਲੀ ਨੂੰ ਹਿੰਦੁਸਤਾਨ ਦੇ ਨਾਲ ਬਹੁਤ ਜ਼ਿਆਦਾ ਲਗਾਵ ਹੋ ਚੁੱਕਾ ਸੀ। ਉਹ ਹਿੰਦੁਸਤਾਨ ਨੂੰ ਛੱਡ ਕੇ ਵਾਪਸ ਆਪਣੇ ਵਤਨ ਨਹੀਂ ਜਾਣਾ ਚਾਹੁੰਦੇ ਸੀ, ਇਸ ਲਈ ਉਹਨਾਂ ਨੇ ਆਪਣੇ ਭਰਾ ਨੂੰ ਵਾਪਸ ਨਾ ਜਾਣ ਲਈ ਮਨ੍ਹਾ ਕਰ ਦਿੱਤਾ ਅਤੇ ਆਪਣੇ ਭਰਾ ਦੇ ਕੋਲ ਆਪਣੀ ਮਾਂ ਲਈ ਇੱਕ ਸੰਦੇਸ਼ ਲਿਖ ਕੇ ਦੇ ਦਿੱਤਾ, ਜਿਸ ਵਿੱਚ ਲਿਖਿਆ ਸੀ ਕਿ ਮਾਂ, ਮੈਨੂੰ ਮਾਫ਼ ਕਰੀ, ਮੈਂ ਭਾਰਤ ਛੱਡ ਕੇ ਵਾਪਸ ਆਪਣੇ ਦੇਸ਼ ਨਹੀਂ ਆ ਸਕਦਾ ਅਤੇ ਇੱਥੇ ਹੀ ਰਹਿ ਕੇ ਮੈਂ ਇਸਲਾਮ ਧਰਮ ਦਾ ਪ੍ਰਚਾਰ ਕਰਨਾ ਚਾਹੁੰਦਾ। ਪੀਰ ਹਾਜੀ ਅਲੀ ਆਪਣੀ ਸਾਰੀ ਸ਼ਾਨੋ ਸ਼ੌਕਤ ਛੱਡ ਕੇ ਸੂਫੀ ਮਤ ਦਾ ਪ੍ਰਚਾਰ ਕਰਨ ਲੱਗੇ। ਆਪਣੇ ਅੱਛੇ ਸੁਭਾਅ ਅਤੇ ਅੱਲਾ ਦੀ ਰਹਿਮਤ ਦੇ ਨਾਲ ਜਲਦੀ ਹੀ ਇਹਨਾਂ ਦਾ ਪ੍ਰਚਾਰ ਹੋ ਗਿਆ ਅਤੇ ਸਾਰੇ ਇਹਨਾਂ ਨੂੰ ਜਾਣਨ ਲੱਗ ਪਏ। ਹੌਲੀ ਹੌਲੀ ਇਹਨਾਂ ਦੇ ਕੋਲ ਦੂਰੋਂ ਦੂਰੋਂ ਆ ਕੇ ਸੰਗਤਾਂ ਰਹਿਣ ਲੱਗੀਆਂ। ਦੀਨ ਦੁਖੀਆਂ ਦੀ ਸੇਵਾ ਕਰਦੇ ਹੋਏ ਪੀਰ ਹਾਜੀ ਅਲੀ ਨੇ ਦੁਨੀਆ ਦੀਆਂ ਤਮਾਮ ਸ਼ੌਹਰਤਾਂ ਤੋਂ ਆਪਣਾ ਮਨ ਮੋੜ ਲਿਆ ਸੀ। ਸ਼ਾਇਦ ਇਸੇ ਲਈ ਇਹਨੀ ਆਪਣਾ ਵਿਆਹ ਨਾ ਕਰਨ ਦਾ ਫੈਸਲਾ ਕੀਤਾ ਅਤੇ ਆਪਣਾ ਪੂਰਾ ਜੀਵਨ ਅੱਲਾ ਦੀ ਇਬਾਦਤ ਕਰਦਿਆਂ ਹੋਇਆ ਹੀ ਗੁਜ਼ਾਰ ਦਿੱਤਾ। ਕੁਝ ਸਾਲਾਂ ਬਾਅਦ ਪੀਰ ਹਾਜੀ ਅਲੀ ਜੀ ਮੱਕੇ ਦੀ ਯਾਤਰਾ 'ਤੇ ਨਿਕਲੇ ਅਤੇ ਜਾਣ ਤੋਂ ਪਹਿਲਾਂ ਇਹਨਾਂ ਨੇ ਆਪਣਾ ਸਾਰਾ ਸਮਾਨ ਦੀਨ ਦੁਖੀਆਂ ਵਿੱਚ ਵੰਡ ਦਿੱਤਾ ਅਤੇ ਨਾਲ ਹੀ ਇਹਨੀ ਆਪਣੇ ਮਰੀਦਾਂ ਨੂੰ ਕਹਿ ਦਿੱਤਾ ਕਿ ਜਦੋਂ ਵੀ ਮੈਂ ਮਰਾਂ ਜਾਂ ਇਸ ਦੁਨੀਆ ਤੋਂ ਪਰਦਾ ਕਰਾਂ ਤਾਂ ਮੈਨੂੰ ਦਫ਼ਨ ਨਾ ਕੀਤਾ ਜਾਵੇ, ਬਲਕਿ ਮੇਰੇ ਇਸ ਸਰੀਰ ਨੂੰ ਸਮੁੰਦਰ ਦੇ ਵਿੱਚ ਛੱਡ ਦਿੱਤਾ ਜਾਵੇ। ਇਹਨਾਂ ਦੀ ਮੌਤ ਨੂੰ ਲੈ ਕੇ ਕਈ ਲੋਕਾਂ ਦੇ ਕਈ ਤਰ੍ਹਾਂ ਦੇ ਮਤ ਹਨ। ਕਈ ਕਹਿੰਦੇ ਹਨ ਕਿ ਇਹਨਾਂ ਦੀ ਮੌਤ ਸਮੁੰਦਰ ਵਿੱਚ ਡੁੱਬਣ ਕਾਰਨ ਹੋਈ ਸੀ,
ਤੇ ਕਈ ਕਹਿੰਦੇ ਹਨ ਕਿ ਜਦੋਂ ਇਹ ਹੱਜ ਕਰਨ ਲਈ ਮੱਕੇ ਨੂੰ ਗਏ ਸਨ ਤੇ ਰਸਤੇ ਵਿੱਚ ਹੀ ਇਹਨਾਂ ਦੀ ਮੌਤ ਹੋ ਗਈ ਅਤੇ ਬਾਅਦ ਵਿੱਚ ਇਹਨਾਂ ਦਾ ਪਾਕ ਸਰੀਰ ਤੈਰਦਾ ਹੋਇਆ ਵਾਪਸ ਬੰਬੇ ਆ ਗਿਆ ਸੀ। ਖੈਰ ਵਜੇ ਕੋਈ ਵੀ ਰਹਿ ਚੁੱਕੀ ਹੋਵੇ, ਪਰ ਇਸ ਸੂਫੀ ਸੰਤ ਨੂੰ ਹਿੰਦੁਸਤਾਨ ਦੇ ਨਾਲ ਇੰਨਾ ਮੋਹ ਸੀ ਕਿ ਜਿਉਂਦੇ ਜੀ ਵੀ ਉਹ ਹਿੰਦੁਸਤਾਨ ਵਿੱਚ ਹੀ ਰਹਿਣਾ ਚਾਹੁੰਦੇ ਸਨ ਅਤੇ ਆਪਣਾ ਪਾਕ ਸਰੀਰ ਇਸ ਦੁਨੀਆ ਤੋਂ ਪਰਦਾ ਕਰਨ ਤੋਂ ਬਾਅਦ ਵੀ ਉਹ ਹਿੰਦੁਸਤਾਨ ਵਿੱਚ ਹੀ ਰਹੇ। ਫਿਰ ਅਰਬ ਸਾਗਰ ਦੇ ਵਿੱਚ ਬੰਬੇ ਇਸੇ ਜਗ੍ਹਾ 'ਤੇ ਜਿੱਥੇ ਹੁਣ ਇਹਨਾਂ ਦੀ ਦਰਗਾਹ ਆ, ਇੱਥੇ ਇਹਨਾਂ ਦੀ ਦਰਗਾਹ ਨੂੰ ਸਥਾਪਿਤ ਕੀਤਾ ਗਿਆ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਪੀਰ ਹਾਜੀ ਅਲੀ ਦੀ ਪਾਕ ਸਰੀਰ ਤੈਰਦਾ ਹੋਇਆ ਉਹ ਸਮੁੰਦਰ ਵਿੱਚ ਆਇਆ ਅਤੇ ਜਿਸ ਟਿੱਲੇ ਦੇ ਨਾਲ ਉਹ ਲੱਗਾ ਸੀ ਉੱਥੇ ਹੀ ਇਹਨਾਂ ਦੀ ਦਰਗਾਹ ਨੂੰ ਸਥਾਪਿਤ ਕੀਤਾ ਗਿਆ। ਹਾਜੀ ਅਲੀ ਦਰਗਾਹ ਬੰਬੇ ਦੇ ਦਕਸ਼ਣ ਖੇਤਰ ਵਿੱਚ ਵਰਲਈ ਖਾੜੀ ਦੇ ਵਿੱਚ ਸਥਿਤ ਹੈ। ਇਹਨਾਂ ਦੀ ਦਰਗਾਹ ਦਾ ਨਿਰਮਾਣ 1431 ਦੇ ਆਸ ਪਾਸ ਹੋਇਆ ਸੀ। ਪੀਰ ਹਾਜੀ ਅਲੀ ਦੀ ਦਰਗਾਹ ਮੁੱਖ ਸੜਕ ਤੋਂ 400 ਮੀਟਰ 'ਤੇ ਇੱਕ ਸਾਈਡ ਨੂੰ ਸਥਾਪਿਤ ਕੀਤੀ ਗਈ ਹੈ। ਇਹ ਦਰਗਾਹ ਲਗਭਗ 4000 ਵਰਗ ਮੀਟਰ ਦੇ ਵਿੱਚ ਫੈਲੀ ਹੋਈ ਆ। ਇਸੇ ਦਰਗਾਹ ਦੇ ਅੰਦਰ ਪੀਰ ਹਾਜੀ ਅਲੀ ਦੀ ਮੁੱਖ ਦਰਗਾਹ ਅਤੇ ਇੱਕ ਮਸਜਿਦ ਵੀ ਬਣਾਈ ਗਈ ਆ ਅਤੇ ਇਸ ਦੇ ਵਿੱਚ 85 ਮੀਟਰ ਉੱਚੀ ਇੱਕ ਬਹੁਤ ਹੀ ਖੂਬਸੂਰਤ ਇਮਾਰਤ ਦਾ ਵੀ ਨਿਰਮਾਣ ਕੀਤਾ ਗਿਆ। ਸਫੇਦ ਰੰਗ ਦੇ ਵਿੱਚ ਰੰਗੀ ਇਹ ਦਰਗਾਹ 'ਤੇ ਬਹੁਤ ਹੀ ਸੁੰਦਰ ਕਲਾਕ੍ਰਿਤੀ ਵੀ ਦੇਖਣ ਨੂੰ ਮਿਲਦੀ ਆ। ਇਸੇ ਦਰਗਾਹ ਦੇ ਅੰਦਰ ਇੱਕ ਕੱਚ ਦੇ ਨਾਲ ਬਣਾਈ ਗਈ ਇਮਾਰਤ ਹੈ ਜਿਸ 'ਤੇ ਅੱਲਾਹ ਦੇ 99 ਨਾਮ ਲਿਖੇ ਹੋਏ ਹਨ। ਦਰਗਾਹ ਦੇ ਅੰਦਰ ਜਾਣ ਲਈ ਸੰਗਤਾਂ ਨੂੰ ਇੱਕ ਬਹੁਤ ਹੀ ਤੰਗ ਅਤੇ ਸਮੁੰਦਰ ਦੇ ਵਿੱਚ ਬਣੇ ਰਸਤੇ ਰਾਹੀਂ ਜਾਣਾ ਪੈਂਦਾ ਹੈ ਅਤੇ ਇਹ ਜਿਹੜਾ ਪੁਲ ਬਣਾਇਆ ਗਿਆ ਹੈ ਦਰਗਾਹ ਤੱਕ ਜਾਣ ਲਈ, ਇਸ ਦੀ ਉਚਾਈ ਸਮੁੰਦਰ ਤੋਂ ਬਹੁਤ ਜ਼ਿਆਦਾ ਘੱਟ ਹੈ। ਜਿਸ ਵਕਤ ਸੰਗਤਾਂ ਦਰਗਾਹ ਦੇ ਅੰਦਰ ਜਾਂਦੀਆਂ ਹਨ ਉਸ ਪੁਲ ਦੇ ਉੱਪਰੋਂ, ਤਾਂ ਉਹ ਪਾਣੀ ਸੰਗਤਾਂ ਦੇ ਚਰਨਾਂ ਨੂੰ ਛੂਹ ਹੀ ਲੈਂਦਾ ਹੈ। ਜਦੋਂ ਕਦੀ ਤੇਜ਼ ਲਹਿਰਾਂ ਆਉਂਦੀਆਂ ਹਨ ਤਾਂ ਹਾਜੀ ਅਲੀ ਦਰਗਾਹ 'ਤੇ ਜਾਣ ਵਾਲਾ ਇਹ ਪੁਲ ਪੂਰੇ ਦਾ ਪੂਰਾ ਪਾਣੀ ਵਿੱਚ ਡੁੱਬ ਜਾਂਦਾ ਹੈ। ਕਹਿੰਦੇ ਹਨ ਕਿ ਰਾਤ ਦੇ ਸਮੇਂ ਇਸ ਦਰਗਾਹ ਦੀ ਖੂਬਸੂਰਤੀ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਸਾਨੂੰ ਸਵਰਗ ਦਾ ਆਭਾਸ ਹੋਣ ਲੱਗ ਪੈਂਦਾ। ਜਿਸ ਵਕਤ ਰਾਤ ਦੇ ਸਮੇਂ ਦਰਗਾਹ ਦੀ ਲਾਈਟ ਉਸ ਪਾਣੀ 'ਤੇ ਪੈਂਦੀ ਹੈ ਸਮੁੰਦਰ ਦੇ, ਤਾਂ ਪੂਰੀ ਦੀ ਪੂਰੀ ਦਰਗਾਹ ਦਾ ਅਕਸ਼ ਉਸ ਪਾਣੀ 'ਤੇ ਬਣ ਜਾਂਦਾ ਹੈ ਜਿਹੜਾ ਕਿ ਦੇਖਣ ਵਿੱਚ ਬਹੁਤ ਜ਼ਿਆਦਾ ਖੂਬਸੂਰਤ ਲੱਗਦਾ ਹੈ। ਹਰ ਜੁੰਮੇ ਰਾਤ ਅਤੇ ਜੁੰਮੇ ਵਾਲੇ ਦਿਨ ਇੱਥੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਸੰਗਤਾਂ ਆਉਂਦੀਆਂ ਹਨ ਅਤੇ ਪੀਰ ਹਾਜੀ ਅਲੀ ਤੋਂ ਮੂੰਹ ਮੰਗੀਆਂ ਮੁਰਾਦਾਂ ਪਾਉਂਦੀਆਂ ਹਨ। ਕਈ ਵਾਰੀ ਇੱਥੇ ਭੁਚਾਲ ਆਏ, ਸਮੁੰਦਰੀ ਲਹਿਰਾਂ ਆਈਆਂ ਜਿਸ ਦੇ ਕਾਰਨ ਆਲੇ ਦੁਆਲੇ ਦੀਆਂ ਕਈ ਇਮਾਰਤਾਂ ਢਾਹ ਢੇਰੀ ਹੋ ਗਈਆਂ, ਪਰ ਪੀਰ ਹਾਜੀ ਅਲੀ ਦੀ ਦਰਗਾਹ ਉਸੇ ਤਰ੍ਹਾਂ ਹੀ ਖੜ੍ਹੀ ਹੈ। ਜਦੋਂ ਕਦੀ ਬਹੁਤ ਜ਼ਿਆਦਾ ਮੀਂਹ ਵੀ ਪੈਂਦਾ ਹੈ ਜਾਂ ਲਹਿਰਾਂ ਬਹੁਤ ਜ਼ਿਆਦਾ ਉੱਚੀਆਂ ਉੱਡਦੀਆਂ ਹਨ, ਪਰ ਇੱਕ ਵੀ ਬੂੰਦ ਇਸ ਦਰਗਾਹ ਦੇ ਅੰਦਰ ਨਹੀਂ ਜਾਂਦੀ ਜਿਹੜਾ ਕਿ ਅੱਲਾਹ ਦਾ ਜਾਗਦਾ ਅਤੇ ਜਿਉਂਦਾ ਮੌਜੂਦ ਕ੍ਰਿਸ਼ਮਾ ਹੈ। ਤੁਸੀਂ ਵੀ ਆਪਣੀ ਜ਼ਿੰਦਗੀ ਦੇ ਸਮੇਂ ਵਿੱਚੋਂ ਸਮਾਂ ਕੱਢ ਕੇ ਇੱਕ ਵਾਰੀ ਬੰਬੇ ਦੇ ਪੀਰ ਹਾਜੀ ਅਲੀ ਦੀ ਦਰਗਾਹ ਜ਼ਰੂਰ ਦੇਖਣ ਜਾਇਓ। ਬਹੁਤ ਕਰਾਮਾਤਾਂ ਹਨ ਇਸ ਦਰਗਾਹ ਦੇ ਅੰਦਰ, ਹਰ ਤਰ੍ਹਾਂ ਦੀ ਇੱਥੇ ਮੁਰਾਦ ਪੂਰੀ ਹੁੰਦੀ ਹੈ ਅਤੇ ਇਹ ਦਰਗਾਹ ਦੇਖ ਕੇ ਤੁਹਾਡੀ ਰੂਹ ਖੁਸ਼ ਹੋ ਜਾਵੇਗੀ ਅਤੇ ਤੁਹਾਡਾ ਮਨ ਸ਼ਾਂਤ ਹੋ ਜਾਵੇਗਾ। ਸੋ ਇਹ ਹੈ ਪੀਰ ਹਾਜੀ ਅਲੀ, ਜਿਨ੍ਹਾਂ ਦੀ ਮੁੱਖ ਦਰਗਾਹ ਬੰਬੇ ਅਰਬ ਸਾਗਰ ਦੇ ਵਿੱਚ ਮੌਜੂਦ ਹੈ। ਸੋ ਤੁਸੀਂ ਵੀ ਇੱਕ ਵਾਰੀ ਜ਼ਰੂਰ ਜਾਇਓ। ਸੋ ਸਤਸੰਗਤ ਜੀ, ਪੀਰਾਂ ਫਕੀਰਾਂ ਦੀਆਂ ਹੋਰ ਵੀਡੀਓ ਦੇਖਣ ਲਈ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਜੈਕਾਰਾ ਪੀਰ ਹਾਜੀ ਅਲੀ ਦਾ ਬੋਲ ਸੱਚੇ ਦਰਬਾਰ ਕੀ ਜੈ।